ਮਿੰਟੂ ਜੀ, ਬਾਬਿਆਂ ਦੀ ਗੱਲ ਹੋਈ ਹੈ ਅਤੇ ਇੱਕ ਬਾਬੇ ਦੀ ਗੱਲ ਹੋਰ ਕਰ ਲਈਏ। ਕਹਿੰਦੇ ਕਿ ਸਾਬਕਾ ਜੇਲਰ ਸਾਹਿਬ ਸੀ, ਉਹਨਾਂ ਦੇ ਵੇਲੇ ਇੱਕ ਬਾਬੇ ਨੂੰ 6 ਵਾਰੀ ਪੈਰੋਲ ਵੀ ਮਿਲੀ, ਛੁੱਟੀਆਂ ਵੀ ਮਿਲੀਆਂ, ਫਰਲੋ ਵੀ ਮਿਲੀ, ਅਤੇ ਹੁਣ ਉਸੇ 'ਤੇ ਸਰਕਾਰ ਮਿਹਰਬਾਨ ਹੋਈ ਫਿਰਦੀ ਹਰਿਆਣੇ ਦੇ ਵਿੱਚ। ਇਹ ਸਿਆਸਤ ਦੇ ਕੀ ਚੱਕਰ ਨੇ, ਮੌਕੇ ਮੌਕੇ 'ਤੇ ਚੰਗੇ ਜਿਵੇਂ ਟੱਕ ਮਾਰ ਸਿਆਸਤ ਰਹੇ ਆ? ਜਿਹੜੀ ਹੈ ਨਾ, ਉਹ ਇਸ ਵੇਲੇ ਕਹਿ ਲਓ ਕਿ ਇੰਨੀ ਗਰਕ ਗਈ। ਪਰ ਜਿਹੜੀ ਭਾਜਪਾ ਦੀ ਰਾਜਨੀਤੀ ਆ, ਇਹਦੇ 'ਚ ਸਰ ਕੋਈ ਐਥਿਕਸ ਕੰਮ ਨਹੀਂ ਕਰਦੇ। ਇਹਦੇ 'ਚ ਕੋਈ ਲੱਜ ਨਹੀਂ, ਕੋਈ ਸ਼ਰਮ ਨਹੀਂ, ਕੋਈ ਹਯਾ ਨਹੀਂ ਹੈ। ਬਿਲਕੁਲ, ਕੰਮ ਸਿੱਧਾ ਸੁਧਾ ਹੀ ਆ। ਵੈਸੇ ਦੂਜੀਆਂ ਪਾਰਟੀਆਂ ਵੀ ਕੋਈ ਸਲੱਗ ਨਹੀਂ ਹੈਗੀਆਂ, ਪਰ ਤੁਸੀਂ ਵੇਖੋ ਕਿ ਸੰਦੀਪ ਸਿੰਘ ਸੰਦੀਪ ਸਿੰਘ ਨੰਗਲ ਅੰਬੀਆਂ ਵਾਲਾ ਮੂੰਹ 'ਤੇ ਚੜ੍ਹਿਆ ਨਾ ਜੀ, ਤਾਂ ਗੱਲ ਇਹ ਆ ਕਿ ਸੰਦੀਪ ਹਾਕੀ ਵਾਲਾ ਸੰਦੀਪ ਸਿੰਘ ਜੀ ਬਈ ਦੁਨੀਆ ਵਾਸਤੇ ਮਿਸਾਲ ਹੈ। ਬਿਲਕੁਲ, ਰੇਲ ਗੱਡੀ 'ਤੇ ਆ ਰਿਹਾ ਸੀਗਾ, ਅਚਾਨਕ ਗੋਲੀ ਚੱਲੀ ਸਿਕਿਉਰਿਟੀ ਵਾਲੇ ਤੋਂ। ਗੋਲੀ ਜਿਹੜੀ ਆ ਉਹ ਇਹਦੀ ਰੀੜ੍ਹ ਦੀ ਹੱਡੀ ਤੱਕ ਚਲੇ ਗਈ, ਯਾਨੀ ਨਕਾਰਾ ਹੋ ਗਿਆ ਜੀ। ਇਹ ਬੈਠ ਜਾਂਦਾ ਫਿਰ ਵੀਲ ਚੇਅਰ 'ਤੇ, ਅਤੇ ਸਭ ਕੁਝ ਖਤਮ। ਸਮਝਿਆ ਜਾਂਦਾ ਕਿ ਸੰਦੀਪ ਸਿੰਘ ਕਦੇ ਹੁਣ ਗਰਾਊਂਡ 'ਤੇ ਵਾਪਸੀ ਨਹੀਂ ਕਰ ਸਕਦਾ। ਸੰਦੀਪ ਸਿੰਘ ਵਾਪਸੀ ਕਰਦਾ ਅਤੇ ਕਿਆ ਦਮਦਾਰ ਵਾਪਸੀ ਕਰਦਾ ਹੈ, ਸਾਨੂੰ ਅੱਜ ਵੀ ਯਾਦ ਹੈ ਜੋ ਪਾਕਿਸਤਾਨ ਦੇ ਖਿਲਾਫ ਇਹ ਬੰਦੇ ਨੇ ਧੜਾ ਧੜ ਫੱਟੇ ਖੜਕਾਏ। ਤਾਂ ਦੁਨੀਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਸ ਟਾਈਮ ਦੇ ਇਸ ਗੱਭਰੂ ਨੇ ਕੀਲ ਲਈ ਸੀ ਜੀ। ਚਲੋ, ਭਾਜਪਾ ਜੁਆਇਨ ਕਰ ਲਈ ਸੀ, ਭਾਜਪਾ ਨੇ ਟਿਕਟ ਦੇ ਦਿੱਤੀ ਜੀ, ਜਿੱਤ ਗਿਆ। ਇਹਨਾਂ ਨੇ ਉਹਨੂੰ ਬਣਾ ਦਿੱਤਾ ਮੰਤਰੀ, ਅਤੇ ਸੰਦੀਪ ਸਿੰਘ 'ਤੇ ਦੋਸ਼ ਖੇਡ ਮੰਤਰੀ ਹੁੰਦਿਆਂ ਕੋਚ ਨਹੀਂ ਲਾ ਦਿੱਤਾ, ਜੂਨੀਅਰ ਕੋਚ ਨੇ ਲਾ ਦਿੱਤਾ। ਹੁਣ ਕੋਚ ਦਾ ਪ੍ਰੋਟੈਕਟਰ ਕੌਣ ਹੈ ਯਾਰ? ਬਿਲਕੁਲ, ਕੋਚ ਦਾ ਪ੍ਰੋਟੈਕਟਰ ਤਾਂ ਖੇਡ ਮੰਤਰੀ ਹੈ, ਖੇਡ ਮੰਤਰੀ ਹੈ, ਅਤੇ ਪ੍ਰੋਟੈਕਟਰ ਨਹੀਂ ਇੱਥੇ ਆ ਕੁਛ ਕਰ ਦਿੱਤਾ। ਚੰਡੀਗੜ੍ਹ ਪੁਲਿਸ ਨੇ ਜਾਂਚ ਕੀਤੀ, ਉਹਨਾਂ ਆਖਿਆ ਮੁਕੱਦਮਾ ਬਣਦਾ ਜੀ, ਮੁਕੱਦਮਾ ਹੋਇਆ, ਚਾਰਜਸ਼ੀਟ ਵੀ ਹੋਈ ਆ ਹੁਣ ਤੋਂ ਪਿੱਛੇ ਜੇ ਹਾਂਜੀ। ਅਤੇ ਖੱਟਰ ਕੀ ਕਰ ਰਿਹਾ ਸੀ? ਇਹਨੂੰ ਮੈਂ ਖੱਟਰ ਨਹੀਂ, ਇਹਨੂੰ ਖਟਾਰਾ ਕਹਿੰਦਾ ਹੁੰਦਾ ਕਿ ਇਹ ਖਟਾਰਾ ਰਾਜਨੀਤਿਕ ਬੰਦਾ ਹੈ ਜੀ। ਉੱਥੇ ਜਦੋਂ ਅਸਤੀਫਾ ਮੰਗਿਆ ਗਿਆ ਹਾਊਸ ਦੇ ਵਿੱਚ ਜਦੋਂ ਅਸਤੀਫਾ ਮੰਗਿਆ ਗਿਆ ਅਤੇ ਚੱਲਦੀ ਸਭਾ ਦੇ ਵਿੱਚ ਖੱਟਰ ਨੇ ਵਾਰ ਵਾਰ ਕਿਹਾ ਅਸਤੀਫਾ ਨਹੀਂ ਲਵਾਂਗੇ, ਨਹੀਂ ਲਵਾਂਗੇ, ਨਹੀਂ ਲਵਾਂਗੇ। ਐਦੋਂ ਵੱਡਾ ਨਿਲੱਜ ਬੰਦਾ ਕੌਣ ਹੋਏਗਾ? ਨਿਲੱਜ ਰਾਜਨੀਤੀ ਕਿਹੜੀ ਹੋਏਗੀ ਬਾਈ? ਬਿਲਕੁਲ। ਤੇ ਜੇ ਤੁਹਾਡੀ ਕੋਈ ਧੀ ਭੈਣ ਇਸ ਤਰ੍ਹਾਂ ਪੀੜਿਤ ਹੋਵੇ, ਪਰ ਇਹ ਤੇ ਛੜੇ ਛਾਂਟ ਹੈਗੇ, ਇਹਨਾਂ ਦਾ ਕੀ ਆ? ਜੇ ਵਿਆਹ ਕਰਾ ਲੈਂਦੇ ਛੱਡ ਕੇ ਭੱਜ ਜਾਂਦੇ ਆ ਜੀ, ਮੋਦੀ ਵਾਂਗੂ ਸਿੱਧੀਆਂ ਨੇ ਆਪਣੇ ਕੋਲ, ਇਹ ਭਗੌੜੇ ਹੋ ਜਾਂਦੇ ਆ ਗ੍ਰਿਸਤੀ ਤੋਂ ਜੀ, ਇਹਨਾਂ ਦਾ ਕੀ ਆ? ਅੱਛਾ, ਗੱਲ ਇਹ ਆ ਕਿ ਉਹ ਤੋਂ ਬਾਅਦ ਫਿਰ ਤੁਸੀਂ ਦੇਖੋ ਕਿੰਨਾ ਕੁਛ ਹੋਇਆ। ਕੁਲਦੀਪ ਸਿੰਘਰ ਫਲਾਣਾ ਟਮਕਾਣ, ਨਿਲੱਜਤਾ ਦੇ ਨਾਲ ਇਹ ਪਹਿਲਾਂ ਬੇਸ਼ਰਮ ਹੋ ਕੇ ਬੈਠੇ ਰਹਿੰਦੇ, ਹੁਣ ਨਿਲੱਜਤਾ ਦੀ ਹੱਦ ਹੈ ਨਾ ਜੀ, ਕਿ ਕੋਲਕਾਤਾ 'ਚ ਪ੍ਰੋਟੈਸਟ ਕਰਦੇ ਨੇ। ਕੋਲਕਾਤਾ 'ਚ ਇਹ ਬਈ ਬਹੁਤ ਜ਼ਿਆਦਾ ਹੱਲਾ ਕਰਦੇ ਨੇ, ਪਰ ਜਦ ਉਹ ਸਭ ਕੁਛ ਮਹਾਰਾਸ਼ਟਰ 'ਚ ਵਾਪਰਦਾ ਜੀ, ਇਹ ਨਿਲੱਜ ਉੱਥੇ ਉਸ ਕਰਦੇ ਨੇ। ਬਿਲਕੁਲ ਬਿਲਕੁਲ, ਇਹ ਨਿਲੱਜ ਰਾਜਨੀਤੀ ਇਹਨਾਂ ਦੀ, ਬੇਸ਼ਰਮ ਰਾਜਨੀਤੀ ਹੈ ਸਾਹਿਬ। ਗੱਲ ਇਹ ਆ ਕਿ ਜਿਹੜਾ ਉਹ ਸਾਂਗਵਾਨ ਸੀਗਾ ਜੇਲ੍ਹ ਸੁਪਰੀਡੈਂਟ ਜੀ, ਜੇਲ੍ਹ ਸੁਪਰੀਡੈਂਟ ਦੇ ਹੱਥ ਬਹੁਤ ਕੁਛ ਹੁੰਦਾ ਹੈ। ਜੇਲ੍ਹ ਸੁਪਰੀਡੈਂਟ ਨੇ ਸਭ ਕੁਛ ਕਰਨਾ ਹੁੰਦਾ, ਮੋਢੀ ਉਹ ਹੁੰਦਾ, ਕੰਡਕਟ ਉਹਨੇ ਬਣਾਉਣਾ ਨਾ ਤੁਹਾਡਾ। ਬਿਲਕੁਲ ਜੀ, ਮੰਨ ਲਓ ਮੈਂ ਕੈਦੀ ਹਾਂ,
ਮੇਰੇ ਉਹ ਕੰਡਕਟ ਨੂੰ ਵਿਗਾੜ ਵੀ ਸਕਦਾ ਤੇ ਜੇ ਮੈਂ ਉੱਥੇ ਸ਼ਰਾਰਤੀ ਵੀ ਹਾਂ, ਚੋਰ ਵੀ, ਉਹ ਚੱਕਾ ਵੀ, ਜੋ ਮਰਜ਼ੀ ਆ, ਉਹ ਕਹੇਗਾ ਕਿ ਨਾ ਨਾ ਜੀ, ਇਹਦੇ ਵਰਗਾ ਹੀਰਾ ਤੇ ਇਸ ਜੇਲ੍ਹ ਨੂੰ ਸਦੀਆਂ ਬਾਅਦ ਮਿਲਿਆ, ਇਹਨੂੰ ਚੱਲਦਾ ਰੱਖੋ। ਬਿਲਕੁਲ, ਬਹੁਤ ਕੁਛ ਕਲਮ ਹੈ ਨਾ ਉਹਦੇ ਹੱਥ। ਜੀ ਜੀ, ਤਾਂ ਉਹ ਸਭ ਕੁਛ ਉਹਨੇ ਕੀਤਾ। ਸਾਂਗਵਾਨ, ਸਾਂਗਵਾਨ ਜਿਹੜਾ ਉਹ ਇਹਦੀ ਡੇਰੇ ਵਾਲੇ ਦੀ ਪਿਕਨਿਕ ਕਰਵਾਉਂਦਾ ਰਿਹਾ ਜੀ। ਹੁਣ ਕੀ ਆ ਕਿ ਕੁਛ ਦਿਨ ਪਹਿਲਾਂ ਨੌਕਰੀ ਤੋਂ ਫਾਰਗ ਹੋ ਕੇ ਅਤੇ ਉਹ ਭਾਰਤੀ ਜਨਤਾ ਪਾਰਟੀ ਦੇ ਤੱਪੜ 'ਤੇ ਆ ਗਿਆ। ਤੱਪੜ 'ਤੇ ਜਦੋਂ ਬੈਠਾ, ਇਹਨਾਂ ਨੂੰ ਪਤਾ ਕਿ ਸਾਡੇ ਤੱਪੜ 'ਤੇ ਵੈਸੇ ਹੀ ਰੁਲੇ ਪਏ ਆ। ਇਹਨਾਂ ਨੇ ਆਖਿਆ ਤੂੰ ਬਹੁਤ ਕੁਛ ਸਾਡੇ ਵਾਸਤੇ ਕੀਤਾ, ਅਸੀਂ ਤੇਰੇ ਵਾਸਤੇ ਕੀ ਕਰੀਏ। ਉਹਨੇ ਆਖਿਆ ਇੱਕ ਟਿਕਟ ਦੇ ਦਿਓ। ਉਹਨੇ ਆਖਿਆ ਵੀ ਇਹ ਚਲੋ ਕੋਈ ਚੱਕਰ ਨਹੀਂ ਹੈ, ਆ ਚੱਕ ਟਿਕਟ। ਇਹ ਕਿਹੜੀ ਗੱਲ ਹੈ, ਟਿਕਟ ਤੈਨੂੰ ਟਿਕਟ ਦੇ ਦਿੱਤੀ ਆ ਜੀ। ਉਹ ਹੁਣ ਟਿਕਟ ਲੈ ਕੇ ਇਲੈਕਸ਼ਨ ਲੜ ਰਿਹਾ। ਮੈਨੂੰ ਤਾਂ ਲੱਗਦਾ ਕਿ ਇਹਨਾਂ ਨੂੰ ਉੱਥੇ ਨਾ ਇੱਕ ਬੀਬੀ ਆ, ਉਹਦਾ ਨਾਮ ਵੀ ਸਾਂਗਵਾਨ ਆ ਜੀ, ਇਸੇ ਹੀ ਹਲਕੇ ਤੋਂ ਟਿਕਟ ਮੰਗ ਰਹੀ ਆ ਕਾਂਗਰਸ ਵੱਲੋਂ। ਮੈਨੂੰ ਲੱਗਦਾ ਕਿ ਬੀਬੀ ਨੂੰ ਟਿਕਟ ਦੇ ਦੇਣੀ ਚਾਹੀਦੀ ਆ, ਉਹ ਮਾਂਝ ਕੇ ਰੱਖੇਗੀ ਇਹਨੂੰ। ਤੁਸੀਂ ਇਹਦੇ ਵਿੱਚੋਂ ਇੱਕ ਨਿਚੋੜ, ਨਿਲਜ ਰਾਜਨੀਤੀ ਆਪਣੀ ਥਾਂ 'ਤੇ ਸਾਹਿਬ, ਇੱਕ ਨਿਚੋੜ ਕੱਢ ਕੇ ਵੀ ਜੀ। ਮੈਂ ਵਾਰ ਵਾਰ ਕਹਿ ਰਿਹਾ ਸੀਗਾ ਕਿ ਜਿਹੜੀ ਇਹ ਪੈਰੋਲ ਹੈ, ਫਰਲੋ ਹੈ, ਸਭ ਕੁਛ ਸਕ੍ਰਿਪਟਡ ਹੈ। ਸਕ੍ਰਿਪਟਡ ਹੈ ਕਿਉਂ? ਕਿਉਂਕਿ ਕਾਨੂੰਨ ਆਪਣੀ ਜਗ੍ਹਾ 'ਤੇ ਸਹੀ ਬਣੇ ਆ ਜੀ, ਪਰ ਕਾਨੂੰਨ ਕਿਸ 'ਤੇ ਲਾਗੂ ਕਰਨੇ ਆ, ਕਿਸ ਢੰਗ ਨਾਲ ਲਾਗੂ ਕਰਨੇ ਆ, ਜਦ ਇਹ ਫੈਸਲਾ ਕਰਨ ਵਾਲੇ ਆਪਣੀਆਂ ਜ਼ਮੀਰਾਂ ਵੇਚ ਚੁੱਕੇ ਆ ਜੀ ਜੀ, ਤਾਂ ਫਿਰ ਤੁਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ। ਕਿਉਂਕਿ ਅੱਖਰ ਹੈ ਨਾ, ਸੰਵਿਧਾਨ ਇੱਕ ਅੱਖਰ ਆ, ਲੈਟਰ ਹੈ ਜੀ। ਹੁਣ ਇੱਕ ਲੈਟਰ, ਇੱਕ ਸਪਿਰਿਟ ਹੈ, ਲੈਟਰ ਪਿੱਛੇ ਰਹਿ ਜਾਂਦੇ ਆ। ਸਪਿਰਿਟ ਜਿਹੜੀ, ਸਪਿਰਿਟ ਜਿਹੜੀ ਇਮਾਨਦਾਰ ਸਪਿਰਿਟ ਨਾਲ ਕੰਮ ਕਰਨਾ, ਉਹ ਬੇਈਮਾਨ ਹੈ। ਤਾਂ ਫਿਰ ਇਸ ਤਰ੍ਹਾਂ ਦੇ ਫੈਸਲੇ, ਇਸ ਤਰ੍ਹਾਂ ਦੇ ਸੌਦੇ ਵੱਜਦੇ ਨੇ ਸਰ। ਤਾਂ ਗੱਲ ਇਹ ਆ ਕਿ ਮੈਨੂੰ ਤਾਂ ਲੱਗਦਾ ਕਿ ਸਾਂਗਵਾਨ ਜਿਹੜੀ ਉਹ ਬੀਬੀ ਆ, ਉਹਨੂੰ ਮੈਦਾਨ 'ਚ ਉਤਾਰਿਆ ਜਾਵੇ, ਉਹ ਇਸ ਬਿਸ਼ਰਮ ਨੂੰ, ਇਸ ਕਰਪਟ ਬੰਦੇ ਨੂੰ। ਕਿਉਂਕਿ ਤੁਸੀਂ ਇਹ ਚੀਜ਼ ਦੇਖੋ ਨਾ ਕਿ ਜਿਹੜਾ ਬੰਦਾ ਜੇ ਟਿਕਟ ਲੈ ਰਿਹਾ, ਮੈਂ ਹਮੇਸ਼ਾ ਕਹਿੰਦਾ ਕਿ ਜਿਹੜਾ ਬਿਊਰੋਕਰੇਸੀ ਚਾਹੁੰਦਾ, ਚਾਹੇ ਉਹ ਕਾਂਗਰਸ 'ਚ ਆਵੇ, ਚਾਹੇ ਉਹ ਅਕਾਲੀ ਦਲ 'ਚ ਆਵੇ, ਚਾਹੇ ਉਹ JJP 'ਚ ਆਵੇ, ਚਾਹੇ INLD 'ਚ ਆਵੇ, ਚਾਹੇ ਉਹ ਭਾਜਪਾ 'ਚ ਜਾਵੇ, ਉਹ ਰਾਤੋ ਰਾਤ ਨਹੀਂ ਜਾਂਦਾ ਸਾਹਿਬ। ਬਿਲਕੁਲ, ਉਹਦੀ ਕਹਿ ਲਓ ਕਿ ਕਿਤੇ ਨਾ ਕਿਤੇ ਜ਼ਮੀਰ ਪਹਿਲਾਂ ਵਿਕ ਚੁੱਕੀ ਹੁੰਦੀ ਹੈ ਜੀ। ਉਹ ਉਸ ਚੇਅਰ ਨੂੰ ਇਸਤੇਮਾਲ ਕਰ ਰਿਹਾ ਹੁੰਦਾ। ਬਿਲਕੁਲ, ਆਪਦੇ ਉਹਨਾਂ ਆਕਾਵਾਂ ਦੇ ਹੱਕ 'ਚ ਜਿਨ੍ਹਾਂ ਤੋਂ ਗਾਂ ਉਹਨੇ ਦਾਣਾ ਪਾਣੀ ਲੈਣਾ ਹੁੰਦਾ। ਬਿਲਕੁਲ, ਇਹ ਸਭ ਤੋਂ ਕਰਪਟ ਨਹੀਂ ਸਰ, ਸਕ੍ਰਿਪਟ ਤਾਂ ਹੈ ਜੀ, ਮੈਂ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ। ਇਹ ਸਭ ਤੋਂ ਕਰਪਟ ਪ੍ਰੈਕਟਿਸ ਹੈ ਇਸ ਪੋਲੀਟੀਕਲ ਜੋ ਕਲਾਸ ਹੈ ਨਾ, ਉਹਦੀ ਸਭ ਤੋਂ ਪੋਲੀਟੀਕਲ ਕਹਿ ਲਓ, ਜੇ ਕਹਿ ਲਈਏ ਕਿ ਕਰਪਟ ਪ੍ਰੈਕਟਿਸ ਹੈ, ਜਿਹੜੀ ਕਿ ਬਿਊਰੋਕਰੇਟਸ ਨੂੰ ਪੱਟਦੀ ਹੈ, ਉਹਨਾਂ ਤੋਂ ਗਲਤ ਕੰਮ ਕਰਵਾਉਂਦੀ ਆ। ਉਹੋ ਜੇ ਉਹ ਬੇਜ਼ਮੀਰੇ, ਬੇਗੁਰੇ ਲੋਕ ਉਹ ਇਹਨਾਂ ਦੇ ਹੱਥ ਦੀ ਕੱਠਪੁਤਲੀ ਬਣਦੇ ਆ। ਉਸ ਤੋਂ ਬਾਅਦ ਚੇਅਰ ਜਿਹਦੀ ਉਹਨਾਂ ਨੇ ਕਹਿ ਲਓ ਕਿ ਪ੍ਰਾਪਤੀ ਪੜ੍ਹ ਲਿਖ ਕੇ ਕੀਤੀ ਹੁੰਦੀ ਆ, ਕਾਬਲੀਅਤ ਦੇ ਜ਼ੋਰ 'ਤੇ ਕੀਤੀ ਹੁੰਦੀ ਆ, ਮੁੜ ਕੇ ਕਾਬਲੀਅਤ ਇੱਕੋ ਰਹਿ ਜਾਂਦੀ ਹੈ ਕਿ ਵਕਾਊ ਮਾਲ ਆ, ਅਤੇ ਉਸ ਤੋਂ ਬਾਅਦ ਉਹ ਉਸ ਕੁਰਸੀ ਵਾਸਤੇ ਕਹਿ ਲਓ ਕਿ ਇੱਕ ਦਾਗੀ ਬੰਦਾ ਬਣ ਕੇ ਕੰਮ ਕਰਦਾ, ਕੰਮ ਜਿਹਦੇ ਫੇਵਰ 'ਚ ਕਰਦਾ, ਉਹਦੇ ਤੋਂ ਫਿਰ ਇਸ ਤਰ੍ਹਾਂ ਦਾ ਬਿਲਕੁਲ ਮਾਲ ਲੈਂਦਾ। ਇੱਥੇ ਜੱਜ ਪਿੱਛੇ ਨਹੀਂ ਰਹੇ, ਇੱਥੇ IAS ਪਿੱਛੇ ਨਹੀਂ ਰਹੇ, ਇੱਥੇ IPS ਪਿੱਛੇ ਨਹੀਂ ਰਹੇ, ਸਭ 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 ਜਾ ਰਹੇ। ਮੈਂ ਤਾਂ ਹੀ ਕਹਿ ਰਿਹਾ ਕਿ ਕਰਪਟ ਪ੍ਰੈਕਟਿਸ ਹੈ ਇੱਥੇ ਜੀ ਜੀ, ਬਹੁਤ ਵੱਡੀ। ਬਿਲਕੁਲ ਬਿਲਕੁਲ, ਕੁਲਦੀਪ ਗਰੇਵਾਲ ਜੀ ਦੱਸ ਰਹੇ ਨੇ ਤੁਹਾਡੇ ਵਾਲੀ ਗੱਲ ਹੀ, ਕਹਿੰਦੇ ਰਾਮ ਰਹੀਮ ਨੂੰ ਪੈਰੋਲ ਦੇਣ ਵਾਲੇ ਜੇਲਰ ਨੂੰ BJP ਵੱਲੋਂ ਟਿਕਟ ਦੇ ਦਿੱਤੀ ਹੈ। ਤੁਸੀਂ ਉਹ ਤੇ ਛੱਡੋ, ਇੱਕ ਬੀਬੀ, ਉਹ ਜਿਹੜੀ ਬੀਬੀ ਸ਼ਕਤੀ ਆ ਕਾਲਕਾ ਤੋਂ, ਜਿਹਨੂੰ ਟਿਕਟ ਮਿਲੀ ਆ, ਉਹ 2 ਦਿਨ ਪਹਿਲਾਂ ਜੁਆਇਨ ਕਰਦੀ ਆ। ਹਾਲਤ ਤੇ ਦੇਖੋ ਨਾ, ਤੁਹਾਡੇ ਦੀ ਗੱਲ ਵਿੱਚ ਦਿਸਦੀ ਆ ਵੀ 2 ਦਿਨ ਪਹਿਲਾਂ ਨਹੀਂ, ਪਤਾ ਨਹੀਂ ਕਿੰਨੇ ਦਿਨ ਪਹਿਲਾਂ ਤੋਂ ਗੱਲ ਸ਼ੁਰੂ ਹੋ ਗਈ ਹੋਣੀ। ਚਲੋ ਉਹ ਤੇ ਹੋ ਗਈ ਆ,
ਪਰ ਜਿਹੜਾ ਬੰਦਾ ਕਾਲਕਾ 'ਚ ਇਹਨਾਂ ਦਾ ਵਰਕਰ ਪਹਿਲਾਂ ਉੱਥੇ ਕੰਮ ਕਰ ਰਿਹਾ ਹੋਊਗਾ ਉਹ ਕਿੱਧਰ ਜਾਊਗਾ? ਬਿਲਕੁਲ ਬਿਲਕੁਲ। ਦੂਜੀ ਗੱਲ ਇਹ ਆ ਕਿ RSS ਦੇ ਨਾਲ ਇਸ ਵੇਲੇ ਪੂਰੀ ਖਟਪਟ ਚੱਲ ਰਹੀ ਹੈ। ਮੈਨੂੰ ਤਾਂ ਇਹ ਲੱਗਦਾ ਕਿ ਕਦੇ ਕਦੇ ਕਿ ਮੋਦੀ ਸਾਹਿਬ ਦਾ ਰਿਟਾਇਰਮੈਂਟ ਪਲਾਨ ਜਿਹੜਾ ਸ਼ੁਰੂ ਹੋ ਚੁੱਕਾ ਹੈ। ਉਹ ਉੱਥੇ ਜਿਹੜਾ ਢੋਲ ਢਾਲ ਵਜਾ ਰਹੇ ਆ ਨਾ ਸਿੰਗਾਪੁਰ, ਖਟ ਖਟ ਟਮ 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 ਟਮ, ਇਹ ਵਾਜਾ ਵੱਜ ਗਿਆ ਇਹਨਾਂ ਦਾ, ਵਾਜਾ ਵੱਜ ਗਿਆ, ਵਾਜਾ ਵੱਜ ਗਿਆ, ਕਿਉਂਕਿ RSS ਨੇ ਆ ਜਿਹੜੀ ਕੇਰਲ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਮੀਟਿੰਗ ਹੋਈ ਆ, ਉਹਦੇ 'ਚ ਕਿਤੇ ਨਾ ਕਿਤੇ ਸੰਕੇਤ ਦੇ ਦਿੱਤੇ ਆ ਕਿ ਤੂੰ ਆਪਣਾ ਝੋਲਾ ਚੁੱਕਣ ਵਾਸਤੇ ਤਿਆਰ ਰਹਿ ਜੇ ਹੁਣ ਆਗਾਮੀ ਜਿਹੜੀਆਂ ਇਲੈਕਸ਼ਨਾਂ ਨਾ, ਜੇ ਤੂੰ ਹਾਰੀਆਂ ਤਾਂ ਆਪਣਾ ਝੋਲਾ ਜਿਹੜਾ ਉਹਦੇ ਵਿੱਚ ਗਲਾਸ ਕੌਲੀ ਪਾ ਲਾ ਤੇ ਗੁਜਰਾਤ ਵਾਸਤੇ ਤਿਆਰੀ ਬੰਨ ਲਾ ਆਪਦੀ ਨੇ। ਹੁਣ ਜਦੋਂ ਬੰਦੇ ਨੇ ਰਿਟਾਇਰਮੈਂਟ ਤੇ ਜਾਣਾ ਹੋਵੇ ਤੇ ਫਿਰ ਤੁਹਾਨੂੰ ਪਤਾ ਸ਼ੁਗਲ ਤੇ ਕਰਦਾ ਹੀ ਆ, ਸ਼ੁਗਲ ਤੇ ਕਰ, ਢੋਲ ਤੇ ਵਾਜਦੇ, ਇਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਇਹਨਾਂ ਦੇ। ਅੱਛਾ, ਖੱਟਰ ਨੇ ਰੈਲੀ ਰੱਖੀ, JJP ਵਾਲੇ ਜੁਆਇਨ ਕਰਵਾਉਣੇ ਸੀ, ਅਮਿਤ ਸ਼ਾਹ ਵੇਰ ਗਿਆ ਵੀ RSS ਵਾਲੇ ਤੇ ਯਾਰ ਸਾਨੂੰ ਬੜਾ ਤੰਗ ਕਰੀ ਖਲੋਤੇ ਆ, ਤੇ ਕਮਾਲ ਦੀ ਗੱਲ ਆ ਕਿ ਉਸ ਰੈਲੀ 'ਚ ਖੱਟਰ ਵੀ ਨਹੀਂ ਆਇਆ ਮੁੜ ਕੇ, ਅਮਿਤ ਸ਼ਾਹ ਵੀ ਨਹੀਂ ਆਇਆ, ਤੇ ਜਿਹੜੀ ਉਹ ਫੋਟੋ ਇਹਨਾਂ ਨੇ ਬਣਾਈ ਸੀ ਪੋਸਟਰ ਤੇ ਉਹਦੇ 'ਚ ਅਮਿਤ ਸ਼ਾਹ ਦਾ ਸਿਰ ਹੀ ਡਾਹਤਾ ਉਹਨਾਂ ਨੇ, ਚਿਹਰਾ ਹੀ ਡਾਹਤਾ। ਆਹ ਹਾਲ ਬਣੇ ਪਏ ਨੇ ਉੱਥੇ ਤੇ, ਬਹੁਤ ਕਸੂਤੀ ਇਹਨਾਂ ਦੀ ਜਾਨ ਫਸੀ ਆ। ਸੋ ਲੈ ਲਵੇ ਸਵਾਦ ਜੇ ਉਹਨਾਂ ਨੇ ਬੀਬੀ ਸਾਂਗਵਾਨ ਜਿਹੜੀ ਟਿਕਟ ਮੰਗਦੀ ਆ ਕਾਂਗਰਸ ਤੋਂ ਮੈਦਾਨ 'ਚ ਉਤਾਰ ਦਿੱਤੀ ਨਾ, ਫਿਰ ਲੱਗਣਾ ਤੇ ਇਹਦਾ ਇਹਨੇ ਨਾ ਉਹ ਆਂਦਾ ਨਾ ਖੁਦਾ ਮਿਲਾ ਨਾ ਵਸਾਲੇ ਸਨਮ, ਨਾ ਇੱਧਰ ਕੇ ਰਹੇ ਨਾ ਉੱਧਰ ਕੇ, ਨੌਕਰੀ ਵੀ ਲੈ ਦੇ ਕੇ ਆਇਆ, ਜ਼ਮੀਰ ਵੀ ਦੇ ਕੇ ਆਇਆ, ਤੇ ਜੇ ਕਹਿ ਲਓ ਕਿ ਗਾਂ ਜਿੱਤ ਵੀ ਨਾ ਮਿਲੀ ਜੀ, ਤੇ ਵੱਜਦਾ ਫਿਰ ਉੱਧਰ ਦੇ ਵੱਜਦਾ ਫਿਰ ਡਗ ਡਗ। ਬਿਲਕੁਲ ਬਿਲਕੁਲ। ਅੰਮ੍ਰਿਤਪਾਲ ਜੀ ਕਹਿ ਰਹੇ ਨੇ ਕਿ ਅੱਜ ਦੇ ਸਮੇਂ ਸਿਆਸਤ, ਜੁਡੀਸ਼ਰੀ, ਪੁਲਿਸ ਪ੍ਰਸ਼ਾਸਨ ਸਭ ਮਿਲਗੋਬਾ ਹੋਏ ਪਏ ਆ। ਬਿਲਕੁਲ ਜੀ। ਸੁਖਪ੍ਰੀਤ ਜੀ ਕਹਿ ਰਹੇ ਨੇ ਕੋਈ ਨਵੀਂ ਗੱਲ ਨਹੀਂ, ਕਹਿੰਦੇ ਪਹਿਲਾਂ ਵੀ ਭਾਜਪਾ ਨੇ ਸੁਪਰੀਮ ਕੋਰਟ ਦੇ ਜੱਜ ਨੂੰ ਇੱਦਾਂ ਹੀ ਤੋਹਫੇ ਦਿੱਤੇ ਸੀਗੇ। ਬਿਲਕੁਲ, ਇਹ ਫਿਰ ਦੱਸਦੇ ਹੀ ਹੁੰਦੇ ਆ। ਮਿੰਟੂ ਜੀ ਅਕਸਰ ਇਹ ਗੱਲ ਕਰਦੇ ਹੁੰਦੇ ਆ ਕਿ ਭਾਜਪਾ ਵਾਲਿਆਂ ਨੂੰ ਇਹ ਟ੍ਰਿਕ ਪੂਰੀ ਆਉਂਦੀ ਹੈ, ਤਰੀਕਾ ਉਹਨਾਂ ਕੋਲ ਪੂਰਾ ਹੈਗਾ। ਸ਼ੁਕਰੀਆ ਜੀ ਫੇਸਬੁੱਕ 'ਤੇ ਵੀ ਪ੍ਰੋਗਰਾਮ ਨੂੰ ਸ਼ੇਅਰ ਕਰਨ ਲਈ। ਪਾਲੀਆ ਸਾਹਿਬ ਕਹਿ ਰਹੇ ਨੇ ਕਿ ਮਨ ਮੇਰੇ ਦਾ ਗੰਧਲਾ ਪਾਣੀ ਖੋਰੇ ਕਦੋਂ ਪਵਿੱਤਰ ਹੋਣਾ, ਬੱਚਿਆਂ ਨੂੰ ਜਦ ਸਬਕ ਪੜ੍ਹਾਉਣਾ ਆਪਣੇ ਆਪ ਲੁਕੋ ਲੈਂਦਾ ਹਾਂ। ਕਿਆ ਬਾਤ ਹੈ ਜੀ।